ਕੰਡਾਸ਼ਾ ਦਫ਼ਨ ਕੀਤਿਆਂ 10 ਸਾਲ ਹੋ ਗਏ ਨੀ। ਹਾਂਜੀ ਸੋਣਿਓ, ਤੇ ਅੱਜ ਅਸੀਂ ਗੱਲ ਕਰਾਂਗੇ 1972 ਦੇ ਵਾਕਿਆ ਦੀ ਕਿ ਸੁਲਤਾਨ ਰਾਈ ਦੇ ਖਿਲਾਫ ਧਰਨਾ ਦਿੱਤਾ ਗਿਆ ਲਾਹੌਰ ਦੇ ਵਿੱਚ। ਕਿੰਨਾ ਧਰਨਾ ਦਿੱਤਾ ਸਟੂਡੀਓ ਵਾਲਿਆਂ ਸੋਣਿਓ, ਪ੍ਰੋਡਿਊਸਰ ਡਾਇਰੈਕਟਰ ਰੈਟਰ ਜਿੰਨੇ ਵੀ ਸਨ ਉਹਨਾਂ ਰੋਡ ਬਲਾਕ ਕਰਕੇ ਤੇ ਸੁਲਤਾਨ ਰਾਈ ਦੇ ਖਿਲਾਫ ਧਰਨਾ ਦੇ ਛੱਡਿਆ। ਤੇ ਸੋਚੋ ਕਿ ਹੁਣ ਕਿਹੜੀ ਗਲਤੀ ਸੀ ਕਿ ਜਿਹੜੀ ਸੁਲਤਾਨ ਹੀ ਕਰ ਬੈਠਾ, ਅਤੇ ਕਿਹੜੀ ਗਲਤੀ ਇਹਦੇ ਕੋਲ ਹੋ ਗਈ ਕਿ ਜਿਹੜਾ ਹੀ ਇਹਦੇ ਖਿਲਾਫ ਧਰਨਾ ਦਿੱਤਾ ਗਿਆ। ਅਤੇ ਕੀ ਵਾਕਿਆ ਸਾਰਾ ਸੋਹਣਿਓ ਬਣਿਆ, ਅਤੇ ਜੇ ਤੁਸੀਂ ਇਹ ਵਾਕਿਆ ਪੂਰਾ ਸੁਣਨਾ ਚਾਹੁੰਦੇ ਜੇ ਤਾਂ ਇਸ ਵੀਡੀਓ ਨੂੰ ਐਡ ਤੀਕਰਾ ਜ਼ਰੂਰ ਵੇਖੋ, ਅਤੇ ਜੇ ਸੋਹਣਿਓ ਤੁਸੀਂ ਇਸ ਚੈਨਲ 'ਤੇ ਨਵੇਂ ਆਏ ਤਾਂ ਮੁਹੱਬਤਾਂ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਲਓ। ਇਹ ਸੋਹਣਿਓ ਕੀ ਵਾਕਿਆ ਬਣਿਆ ਕਿ 1972 ਦੇ ਵਿੱਚ ਪ੍ਰੋਡਿਊਸਰ ਡਾਇਰੈਕਟਰ ਰੈਟਰ ਸਾਰੇ ਰੋਡ ਆਣ ਕੇ ਬਲਾਕ ਕਰਕੇ ਅਤੇ ਸੁਲਤਾਨ ਦੇ ਖਿਲਾਫ ਨਾਰੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਕਿ ਜਿੰਨੇ ਸੋਹਣਿਓ ਪਾਕਿਸਤਾਨ ਦੀ ਪੰਜਾਬੀ ਫਿਲਮ ਸਭ ਤੋਂ ਹਿੱਟ ਦਿੱਤੀ ਵੈਸ਼ੀ ਜੱਟ, ਇਸ ਫਿਲਮ ਨੇ ਸੋਹਣਿਓ ਪੂਰੀ ਦੁਨੀਆ ਦੇ ਝੰਡੇ ਗੱਡ ਦਿੱਤੇ ਕਿ ਇਸ ਤੋਂ ਪਹਿਲੇ ਇਹੋ ਜਿਹੀ ਪੰਜਾਬੀ ਫਿਲਮ ਨਾ ਕੋਈ ਹੈ ਸੀ ਅਤੇ ਨਾ ਹੀ ਹਾਲੇ ਤੀਕਰਾਂ ਕੋਈ ਬਣੀ ਹੈ। ਅਤੇ ਇਸ ਫਿਲਮ ਤੋਂ ਬਾਅਦ 'ਚ ਸੋਹਣਿਓ ਪ੍ਰੋਡਿਊਸਰ ਡਾਇਰੈਕਟਰਾਂ ਦੇ ਪਿੱਛੇ ਪਿੱਛੇ ਸਨ ਸੁਲਤਾਨ ਰਾਈ ਦੇ ਕਿ ਆਗਾ ਜੀ ਸਾਨੂੰ ਡੇਟਾਂ ਦਿਓ ਡੇਟਾਂ ਦਿਓ, ਲੇਕਿਨ ਸੋਹਣਿਓ ਸੁਲਤਾਨ ਰਾਈ ਕਰੋ ਪੂਰੇ ਇੱਕ ਇੱਕ ਸਾਲ ਦਾ ਟਾਈਮ ਹੀ ਕੋਈ ਨਹੀਂ ਡੇਟਾਂ ਦੇਣ ਦਾ। ਇੱਧਰੋਂ ਪਾਕਿਸਤਾਨ ਦੇ ਵਿੱਚੋਂ ਸੁਲਤਾਨ ਰਾਈ ਰਿਕਾਰਡ 'ਤੇ ਰਿਕਾਰਡ ਲਾਈ ਜਾ ਰਿਹਾ ਅਤੇ ਇੰਡੀਆ ਦੇ ਵਿੱਚ ਸੋਹਣਿਓ ਉਸ ਦਹਾਈ ਦੇ ਵਿੱਚ ਮੀਤਾ ਬਚਨ ਲਾ ਰਿਹਾ ਅਤੇ ਸੋਹਣਿਓ ਆਖਰਕਾਰ ਮੀਤਾ ਬਚਨ 'ਤੇ ਵੀ ਇੱਕ ਦਿਨ ਜ਼ਵਾਲ ਆ ਗਿਆ ਕਿ ਉਹਦੇ ਕੋਲ ਵੀ ਫਿਲਮਾਂ ਖਤਮ ਹੋ ਗਈਆਂ। ਅਤੇ ਵਾਹਦ ਪਾਕਿਸਤਾਨ ਦਾ ਸਭ ਤੋਂ ਵੱਡਾ ਇਹ ਅਦਾਕਾਰ ਹੈ ਕਿ ਜਿਹੜਾ ਜਵਾਨੀ ਤੋਂ ਲੈ ਕੇ ਸੋਹਣਿਓ ਬੁਢਾਪੇ ਤੀਕਰ ਆਪਦੀ ਮੌਤ ਤੱਕ ਕਿ ਸੁਲਤਾਨ ਰਾਈ ਕੋਲ ਦਿਨ ਰਾਤ ਟਾਈਮ ਹੀ ਕੋਈ ਨਹੀਂ ਫਿਲਮਾਂ ਕਰਨ ਦਾ। ਦੁਨੀਆ ਦੇ ਯਾਰ ਕਰਦੀ ਹੈ ਨਾ ਦਿਨੇ ਸ਼ੂਟਿੰਗ, ਇਹਦੇ ਕੋਲ ਰਾਤ ਵੀ ਕੰਮ ਅਤੇ ਦਿਨੇ ਵੀ ਕੰਮ, ਕਿ ਇੰਨਾ ਇਹਦੇ ਕੋਲ ਕੰਮ ਸੀ ਅਤੇ ਇੰਨੀਆਂ ਫਿਲਮਾਂ ਕਿ ਇੱਕ ਦਿਨ ਦੇ ਵਿੱਚ ਜਿਹੜਾ 40-40 ਫਿਲਮਾਂ ਦੀ ਸ਼ੂਟਿੰਗ ਇਹ ਕਰਕੇ ਦਿੰਦਾ ਰਿਹਾ। ਅਤੇ ਹੁਣ ਅਸੀਂ ਦੱਸਦੇ ਹਾਂ ਕਿ ਕਿਹੜੀ ਜਿਹੜੀ ਇਹਦੇ ਕੋਲ ਗਲਤੀ ਹੋਈ ਅਤੇ ਸਾਰੇ ਪ੍ਰੋਡਿਊਸਰਾਂ ਡਾਇਰੈਕਟਰਾਂ ਨੇ ਰੋਡ ਬਲਾਕ ਕਰਕੇ ਅਤੇ ਇਹਦੇ ਖਿਲਾਫ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਇਸਲਾਮਾਬਾਦ ਦੇ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਿਹਾ ਅਤੇ ਇਹਦੇ ਤੀਕਰ ਖਬਰ ਪਹੁੰਚੀ ਕਿ ਆਗਾ ਜੀ ਲਾਹੌਰ ਦੇ ਵਿੱਚ ਪ੍ਰੋਡਿਊਸਰਾਂ ਡਾਇਰੈਕਟਰਾਂ ਨੇ ਰੋਡ ਬਲਾਕ ਕਰਕੇ ਅਤੇ ਤੁਹਾਡੇ ਖਿਲਾਫ ਧਰਨਾ ਦਿੱਤਾ ਹੈ ਅਤੇ ਉਹ ਤੁਹਾਡੇ ਖਿਲਾਫ ਨਾਰੇ ਮਾਰ ਰਹੇ ਨੇ। ਇਹਨੇ ਯਾਰ ਉਸੇ ਫਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਕਰਕੇ ਅਤੇ ਸਿੱਧਾ ਲਾਹੌਰ ਆਣ ਕੇ ਪੁੱਛਿਆ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ ਕਿ ਦੱਸੋ ਜੀ ਕਿਹੜੀ ਗਲਤੀ ਹੋ ਗਈ ਮੇਰੇ ਕੋਲ, ਕਿਹੜੀ ਖਤਾਈ ਹੋ ਗਈ, ਕਿਹੜੀ ਮੈਂ ਗੁਸਤਾਖੀ ਕਰ ਬੈਠਾ ਕਿ ਯਾਰ ਤੁਸੀਂ ਮੇਰੇ ਖਿਲਾਫ ਹੀ ਧਰਨਾ ਕੱਢ ਲਿਆ। ਅਤੇ ਉਹਨਾਂ ਫਿਰ ਦੱਸਿਆ ਅਤੇ ਸੁਣੋ ਹੁਣ ਸੋਹਣਿਓ, ਹੁਣ ਇਹਦਾ ਰਿਕਾਰਡ ਬਣਨ ਲੱਗਾ ਜੀ ਕਿ ਕਿਹੜਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਨੰਬਰ 1 ਦਾ ਇਹਦਾ ਰਿਕਾਰਡ ਹੈ, ਇਹਦਾ ਰਿਕਾਰਡ ਇਹ ਕਿਸੇ ਨੇ ਨਹੀਂ ਤੋੜਿਆ ਅਤੇ ਨਾ ਅੱਗੋਂ ਤੋੜੇਗਾ। ਇਹਨੇ ਜਦੋਂ ਪੁੱਛਿਆ ਉਹਨਾਂ ਦੱਸਿਆ ਜੀ ਆ ਗਿਆ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਸਾਨੂੰ ਫਿਲਮਾਂ ਦੀਆਂ ਡੇਟਾਂ ਕਿਉਂ ਨਹੀਂ ਦਿੰਦੇ। ਵਾਹ ਸੁਣ ਲਿਆ ਜੇ ਕਿ ਕੀ ਉਹਨਾਂ ਕਿਹਾ ਕਿ ਇਹਦੇ ਤੋਂ ਤੰਗ ਹੋ ਕੇ ਕਿ ਇਹਦੇ ਕੋਲ ਟਾਈਮ ਹੀ ਕੋਈ ਨਹੀਂ ਯਾਰ ਫਿਲਮਾਂ ਦੀਆਂ ਡੇਟਾਂ ਦੇਣ ਦਾ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ, ਪ੍ਰੋਡਿਊਸਰ ਡਾਇਰੈਕਟਰ ਵਿਹਲੇ ਬੈਠੇ ਨੇ ਕਿ ਇਹਦਾ ਤਾਂ ਨਾ ਹੀ ਸੋਹਣਿਓ ਬੈਨਲ 'ਤੇ ਲੱਗ ਜਾਂਦਾ ਸੀ ਨਾ
ਤੇ ਉਹ ਫਿਲਮ ਹੱਥੋਂ ਹੱਥੀ ਵਿਕ ਜਾਂਦੀ ਸੀ ਕਿ ਸਾਰਿਆਂ ਨੂੰ ਪਤਾ ਸੀ ਕਿ ਸੁਲਤਾਨੀ ਦਾ ਤਾਂ ਨਾਂ ਹੀ ਲਿਖਿਆ ਗਿਆ ਤੇ ਉਹ ਫਿਲਮ ਵਿਕ ਜਾਣੀ ਦਸਤੀ। ਇਹਨੇ ਆਖਿਆ ਕਿ ਯਾਰ ਤੁਹਾਨੂੰ ਪਤਾ ਹੀ ਹੈ ਕਿ ਦਿਨੇ ਵੀ ਮੈਂ ਸ਼ੂਟਿੰਗ ਕਰ ਰਿਹਾ ਹੁੰਦਾ ਅਤੇ ਰਾਤ ਨੂੰ ਵੀ, ਕਿ ਹੁੰਦੀਆਂ ਨੇ ਨਾ ਸ਼ਿਫਟਾਂ, ਦਿਨ ਦੀ ਇੱਕ ਸ਼ਿਫਟ ਹੁੰਦੀ, ਇੱਕ ਰਾਤ ਦੀ ਸ਼ਿਫਟ ਹੁੰਦੀ, ਇਹ ਦੋਵਾਂ ਸ਼ਿਫਟਾਂ ਦੇ ਵਿੱਚ ਆਪਦੀਆਂ ਸ਼ੂਟਿੰਗਾਂ ਦੇ ਰਿਹਾ ਸੀ ਅਤੇ ਡੇਟਾਂ ਦੇ ਰਿਹਾ ਸੀ। ਉਹਨਾਂ ਕਿਹਾ ਆਗਾ ਜੀ ਜੋ ਮਰਜ਼ੀ ਕਰੋ, ਜਿਹੜੀਆਂ ਅਸੀਂ ਫਿਲਮਾਂ ਲੈ ਕੇ ਬੈਠੇ ਹਾਂ ਇਹ ਕਿੰਨੇ ਕਰਨੀਆਂ, ਇਹ ਵੀ ਤੁਸੀਂ ਕਰਨੀਆਂ। ਉੱਥੇ ਫਿਰ ਸੋਹਣਿਆਂ ਨੇ ਹੱਲ ਕੱਢ ਕੇ ਉਹਨਾਂ ਨੂੰ ਦਿੱਤਾ, ਸਭ ਤੋਂ ਵੱਡਾ ਹੱਲ ਅਤੇ ਇਹਦਾ ਰਿਕਾਰਡ ਬੰਨਿਆ ਗਿਆ। ਇਹਨੇ ਫਿਰ ਉਹਨਾਂ ਨੂੰ ਕਿਹਾ ਕਿ ਯਾਰ ਇੱਕ ਵਿੱਚ ਨਾ ਛੋਟੀ ਜਿਹੀ ਟੈਡੀ ਸ਼ਿਫਟ ਰੱਖ ਲਓ। ਅਤੇ ਇਹ ਸੋਹਣਿਓ ਫਿਰ ਇਹਨੇ ਉਹ ਸ਼ਿਫਟ ਦਾ ਨਾਂ ਟੈਡੀ ਸ਼ਿਫਟ ਦਿੱਤਾ, ਕਿ ਇੱਕ ਸ਼ਿਫਟ ਸੁਬਹਾ ਦੀ, ਇੱਕ ਰਾਤ ਦੀ। ਇੱਕ ਟੈਡੀ ਸ਼ਿਫਟ ਇਹ ਆ ਕਿ ਜਿਹਦੇ ਵਿੱਚ ਯਾਰ 10 ਮਿੰਟ ਵੀ ਮਿਲੇ ਨੇ, 15 ਮਿੰਟ ਵੀ ਮਿਲੇ ਨੇ ਉਹ ਨਿੱਕੇ ਮੋਟੇ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ, ਇਹਨੇ ਉਹ ਟੈਡੀ ਸ਼ਿਫਟ ਦਿੱਤੀ। ਅਤੇ ਇਹ ਸੋਹਣਿਓ ਫਿਰ 24 ਘੰਟਿਆਂ ਦੇ ਵਿੱਚੋਂ ਜਿਹੜਾ ਇਹਨਾਂ 2 ਘੰਟੇ ਸੌਂਦਾ ਸੀ ਅਤੇ 22 ਘੰਟੇ ਕੰਮ ਕਰਦਾ ਸੀ। ਇਹ ਜਿਹਾ ਇਹ ਦੁਨੀਆ ਦਾ ਫਨਕਾਰ ਹੋਇਆ। ਇਹ ਸੋਹਣਿਓ ਲਾਹੌਰ ਦੇ ਐਵਰ ਨੂਰ ਸਟੂਡੀਓ ਦੇ ਸਾਹਮਣੇ ਫੁਹਾਰੇ ਦੇ ਕੋਲ ਉਹਨਾਂ ਧਰਨਾ ਦਿੱਤਾ ਸੀ। ਅਤੇ ਪਾਕਿਸਤਾਨ ਦਾ ਸੋਹਣਿਓ ਇਸ ਅਦਾਕਾਰ ਨੇ ਮਰਦੇ ਦਮ ਤਿਕਰਾਂ ਵੀ ਫਿਲਮ ਇੰਡਸਟਰੀ ਦਾ ਜ਼ਵਾਲ ਨਹੀਂ ਵੇਖਿਆ। ਹੁੰਦਾ ਹੈ ਨਾ ਕਿ ਅਦਾਕਾਰਾਂ ਕੋਲ 10 ਫਿਲਮਾਂ 20 ਫਿਲਮਾਂ ਆਈਆਂ ਨੇ, ਉਸ ਤੋਂ ਬਾਅਦ ਕੰਮ ਹੀ ਕੋਈ ਨਹੀਂ। ਇਹ ਸੋਹਣਿਓ ਪਾਕਿਸਤਾਨ ਦਾ ਇਹੋ ਜਿਹਾ ਅਦਾਕਾਰ ਹੈ ਕਿ ਇਹਦੇ ਕੋਲ ਟਾਈਮ ਕੀ ਇਹਨੂੰ ਮਿਲਦਾ ਸੀ ਕਿ ਨਮਾਜ਼ ਪੜ੍ਹਨ ਦਾ ਟਾਈਮ ਹੁੰਦਾ ਸੀ ਸਿਰਫ, ਅਤੇ ਨਮਾਜ਼ ਨਹੀਂ ਸੀ ਸੋਹਣਿਓ ਛੱਡਦਾ। ਐਸਾ ਦਰਵੇਸ਼ ਬੰਦਾ ਸੀ, ਕਹਿੰਦਾ ਸੀ ਕਿ ਕੰਮ ਜਾਂਦਾ ਤਾਂ ਜਾਵੇ ਲੇਕਿਨ ਮੈਂ ਨਮਾਜ਼ ਨਹੀਂ ਛੱਡਣੀ। ਅਤੇ ਜਦੋਂ ਇਹਨੂੰ ਟਾਈਮ ਮਿਲਦਾ ਸੀ ਕੁਰਾਨ ਪਾਕ ਦੀ ਤਲਾਵਤ ਵੀ ਕਰਦਾ ਸੀ ਗੱਡੀ 'ਚ ਬੈਠਾ ਹੀ, ਅਤੇ ਨਮਾਜ਼ ਸੋਹਣਿਓ ਇਹ ਨਹੀਂ ਸੀ ਛੱਡਦਾ। ਅਤੇ ਇਹ ਗਲਤੀ ਸੋਹਣਿਓ ਹੋਈ ਸੀ ਕਿ ਜਿਹੜੀ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ ਇਹ ਡੇਟਾ ਨਹੀਂ ਸੀ ਦੇ ਸਕਿਆ, ਅਤੇ ਇਸ ਗਲਤੀ ਤੋਂ ਉਹਨਾਂ ਇਹਦੇ ਖਿਲਾਫ ਲਾਹੌਰ ਦੇ ਵਿੱਚ ਧਰਨਾ ਦਿੱਤਾ, ਅਤੇ ਜਿਹਦਾ ਫਿਰ ਸੁਲਤਾਨੀ ਨੇ ਹੱਲ ਕੱਢ ਕੇ ਦਿੱਤਾ ਟੈਡੀ ਸ਼ਿਫਟ। ਅਤੇ ਇਹ ਜੇ ਸੋਹਣਿਓ ਸਾਡੀ ਅੱਜ ਦੀ ਸਟੋਰੀ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸੁਣ ਕੇ ਬੜਾ ਮਜ਼ਾ ਆਇਆ ਹੋਣਾ ਹੈ। ਅਤੇ ਜੇ ਤੁਸੀਂ ਇਹੋ ਜਿਹੀਆਂ ਮਜ਼ੇਦਾਰ ਸਟੋਰੀਆਂ ਸੁਣਨਾ ਚਾਹੁੰਦੇ ਜੇ ਤਾਂ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਦੇ ਵਿੱਚ ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ, ਅਤੇ ਸੋਹਣਿਓ ਨਾਲੇ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚੋਂ ਵੇਖ ਰਹੇ ਜੇ, ਅਤੇ ਨਾਲੇ ਆਪਦੇ ਪਸੰਦੀ ਦੀ ਤੁਸੀਂ ਫਿਲਮ ਸੁਲਤਾਨੀ ਦੇ ਥੱਲੇ ਕਮੈਂਟ ਕਰਨਾ ਹੈ ਕਿ ਇਹ ਸਾਡੀ ਫੇਵਰੇਟ ਫਿਲਮ ਹੈ।